ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ 2016-17 ਸੈਸ਼ਨ ਦੇ 12ਵੇਂ ਦੇ ਅਕਾਦਮਿਕ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਹੈ। ਨਤੀਜਿਆਂ ਦੇ ਵਿੱਚ ਪਹਿਲੇ 3 ਸਥਾਨਾਂ ਤੇ ਮੁੜ ਪੰਜਾਬ ਦੀਆਂ ਕੁੜੀਆਂ ਕਾਬਜ਼ ਹੋ ਗਈਆਂ ਨੇ। ਪਹਿਲਾ ਸਥਾਨ ਲੁਧਿਆਣਾ ਜ਼ਿਲ੍ਹੇ ਦੇ RS ਮਾਡਲ ਸਕੂਲ ਦੀ ਅਮੀਸ਼ਾ ਅਰੋੜਾ ਨੇ 98.44% ਅੰਕਾਂ ਦੇ ਨਾਲ ਹਾਸਲ ਕੀਤਾ ਹੈ। ਦੂਜੇ ਸਥਾਨ ਤੇ ਲੁਧਿਆਣਾ ਜ਼ਿਲ੍ਹੇ ਦੇ BCM ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ ਦੀ ਨਰੇਸ਼ ਜੋਸ਼ੀ ਨੇ 98.22% ਅੰਕਾਂ ਦੇ ਨਾਲ ਕਾਬਜ਼ ਕੀਤਾ ਹੈ, ਜਦਕਿ ਤੀਜਾ ਸਥਾਨ ਲਹਿਰਾ ਗਾਗਾ ਦੇ ਟੈਗੋਰ ਸੈਂਟਨਰੀ ਪਬਲਿਕ ਸਕੂਲ ਲਹਿਰਾ ਗਾਗਾ ਦੀ ਰੀਆ ਨੂੰ 98% ਅੰਕਾਂ ਦੇ ਨਾਲ ਹਾਸਲ ਹੋਇਆ ਹੈ। ਜ਼ਿਕਰਯੋਗੇ ਕਿ ਬੋਰਡ ਵੱਲੋਂ ਇਹ ਨਤੀਜੇ 10 ਮਈ ਨੂੰ ਐਲਾਨ ਕੀਤੇ ਜਾਣ ਦੀ ਚਰਚਾ ਸੀ, ਜਿਸ ਨੂੰ ਲੈ ਕੇ ਵਿਦਿਆਰਥੀ ਨਤੀਜਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਕੁੱਲ ਰੈਗੂਲਰ 2,85,1138 ਵਿਦਿਆਰਥੀਆਂ ਵੱਲੋਂ 12ਵੀਂ ਦੇ ਪੇਪਰ ਦਿੱਤੇ ਗਏ ਸਨ ਅਤੇ ਓਪਨ ਸਕੂਲ ਦੇ ਵੀ ਤਕਰੀਬਨ 29,667 ਵਿਦਿਆਰਥੀਆਂ ਨੇ ਪੇਪਰ ਦਿੱਤੇ। ਰੈਗੂਲਰ ਵਿਦਿਆਰਥੀਆਂ ਚੋਂ ਕਈ ਵਿਦਿਆਰਥੀ ਪਾਸ ਹੋਏ ਨੇ। ਸ਼ਡਿਊਲ ਦੇ ਅਨੁਸਾਰ ਰਿਜ਼ਲਟ ਘੋਸ਼ਿਤ ਕਰਨ ਦੇ ਲਈ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਆ ਰਹੇ ਹੋ। ਅੱਜ ਏਅਰਮੈਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੇ ਕਿ ਅੱਜ ਦੀ ਜੋ ਪਰਫਾਰਮੈਂਸ ਜਾਂ ਜੋ ਰਿਜ਼ਲਟ ਹੈ ਉਹ ਬੱਚੇ ਦੇ ਬਿਲਕੁਲ ਆਪਣੇ ਮਾਰਕਸ ਨੇ, ਕਿਉਂਕਿ 3 ਫੈਕਟਰ ਅਸੀਂ ਨਕਲ ਨਹੀਂ ਹੋਣ ਦਿੱਤੀ। ਦੂਜਾ, ਅਸੀਂ ਇਹ ਜਿਹੜੇ ਨੰਬਰ 70 ਦੇ ਵਿੱਚ 30 ਐਡ ਹੋ ਜਾਂਦੇ ਸੀ ਉਸ ਦੇ, ਉਸ ਨੂੰ ਅਸੀਂ ਘਟਾ ਕੇ 10 ਕੀਤਾ, ਉਹਦੇ 90 ਨੇ। ਅਤੇ ਤੀਜਾ ਮੋਡਰੇਸ਼ਨ ਜਾਂ ਐਕਸਟਰਾ ਮਾਰਕਸ ਕਿਸੇ ਨੂੰ ਨਹੀਂ ਦਿੱਤਾ।